ਪੰਜਾਬ ਸਰਕਾਰ ਵੱਲੋਂ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨ ਦੇ ਮਨੋਰਥ ਨਾਲ ਤੀਜੇ ਪੜਾਅ ਵਿੱਚ ਮੁਹੱਲਾ ਕਲੀਨਿਕ ਸ਼ੁਰੂ ਕੀਤੇ ਗਏ ਨੇ। ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 80 ਦੇ ਕਰੀਬ ਮੁਹੱਲਾ ਕਲੀਨਿਕ ਖੋਲ੍ਹੇ ਗਏ ਨੇ, ਜਿਸ ਦੇ ਤਹਿਤ ਮੋਹਾਲੀ ਜ਼ਿਲ੍ਹੇ ਦੇ ਪਿੰਡ ਲਾਂਡਰਾ ਵਿੱਚ ਆਮ ਆਦਮੀ ਕਲੀਨਿਕ ਖੋਲ੍ਹਿਆ ਗਿਆ, ਜਿਸ ਦਾ ਉਦਘਾਟਨ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਕੀਤਾ। ਜ਼ਿਕਰਯੋਗ ਹੈ, ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਲਈ ਹੁਣ ਤੱਕ 580 ਆਮ ਆਦਮੀ ਕਲੀਨਿਕ ਜਾਂ ਮੁਹੱਲਾ ਕਲੀਨਿਕ ਜਿਹੜੇ ਨੇ ਉਹ ਦਿੱਤੇ ਗਏ ਹੈ, ਜਿਹਦੇ ਵਿੱਚ ਪਹਿਲੇ ਪੜਾਅ ਵਿੱਚ 100 ਮੁਹੱਲਾ ਕਲੀਨਿਕ ਜਿਹੜੇ 15 ਅਗਸਤ ਨੂੰ ਖੋਲ੍ਹੇ ਗਏ ਸੀ, ਉਹਦੇ ਤੋਂ ਬਾਅਦ 400 ਅਤੇ ਹੁਣ 80 ਨਵੇਂ ਕਲੀਨਿਕ ਜਿਹੜੇ ਨੇ ਖੋਲ੍ਹੇ ਗਏ ਹੈ। ਹੁਣ ਤੱਕ ਆਮ ਆਦਮੀ ਪਾਰਟੀ ਵੱਲੋਂ 580 ਦੇ ਕਰੀਬ ਆਮ ਆਦਮੀ ਕਲੀਨਿਕ ਜਿਹੜੇ ਨੇ ਖੋਲ੍ਹੇ ਗਏ ਹੈ। ਉਦਘਾਟਨ ਤੋਂ ਬਾਅਦ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਕੀ ਕਿਹਾ, ਤੁਹਾਨੂੰ ਸੁਣਾਉਂਦੇ ਆ। ਦੇਖੋ, ਮੇਰਾ ਖਿਆਲ ਆ ਬਈ ਸਾਡੇ ਅੱਜ ਦੇ 2 ਮੋਹਾਲੀ 'ਚ ਖੁੱਲ ਰਹੇ ਨੇ, ਅੱਜ ਤਹਿਸੀਲ ਦੇ ਵਿੱਚ 3 ਖੁੱਲ ਰਹੇ ਨੇ, ਮੇਰੇ ਹਲਕੇ ਦੇ ਵਿੱਚ 2 ਖੁੱਲ ਰਹੇ ਨੇ, ਪਹਿਲਾਂ ਵੀ ਖੁੱਲ੍ਹ ਚੁੱਕੇ ਨੇ। ਔਰ ਮੈਨੂੰ ਇਹ ਲੱਗਦਾ ਵੀ ਇੱਥੇ 5-7 ਪਿੰਡ ਦਾ ਘੱਟੋ ਘੱਟ ਜਿਹੜਾ ਇਹਦਾ ਫਾਇਦਾ ਲੈਣਗੇ, ਔਰ ਇਹ ਲਗਾਤਾਰ ਚੱਲਣਾ, ਇਹ ਨਹੀਂ ਵੀ ਇੱਥੇ ਬੰਦ ਹੋ ਗਏ। ਲਾਂਡਰਾ ਖੁੱਲ੍ਹ ਰਿਹਾ, ਅੱਜ ਇੱਕ 7 ਫੇਜ਼ 'ਚ ਖੁੱਲ੍ਹ ਰਿਹਾ, ਪਹਿਲਾਂ 11 'ਚ ਖੁੱਲ੍ਹਿਆ, 9 ਫੇਜ਼ 'ਚ ਖੁੱਲ੍ਹਿਆ, ਅਤੇ ਲਗਾਤਾਰ ਕੰਮ ਚੱਲ ਰਿਹਾ। ਅਤੇ ਹੁਣ 50,000 ਮਤਲਬ ਇੱਕ ਜਿਹੜਾ ਹੈ ਉਹ 50,000 ਦੀ ਪਾਪੂਲੇਸ਼ਨ ਨੂੰ ਸਰਵ ਕਰੂਗਾ, ਔਰ ਇਹ ਲਗਾਤਾਰ ਖੋਲ੍ਹਣਗੇ ਪਿੰਡਾਂ ਦੇ ਵਿੱਚ। ਹੁਣ ਖੋਲ੍ਹਣੇ, ਲਾਂਡਰਾ 'ਚ ਖੋਲ੍ਹਤਾ, ਅਗਲਾ ਸਨੇਟੇ ਖੋਲ੍ਹਾਂਗੇ, ਅਗਲਾ ਇੱਦਾਂ ਹੀ ਲਗਾਤਾਰ ਪਿੰਡਾਂ ਦੇ ਵਿੱਚ ਇਹ ਕੰਮ ਚੱਲੂਗਾ, ਔਰ ਇਹਦਾ ਲੋਕਾਂ ਨੂੰ ਬਹੁਤ ਬੈਨੀਫਿਟ ਹੋਊਗਾ। ਦੇਖੋ, ਸਭ ਤੋਂ ਇੰਟਰਸਟਿੰਗ ਗੱਲ ਇਹ ਵੀ ਕੋਈ ਐਕਸਟਰਾ ਪੈਸਾ ਨਹੀਂ ਲਾਇਆ ਜਾਂਦਾ, ਕੋਈ ਐਕਸਟਰਾ ਸਟਾਫ ਨਹੀਂ ਹੈਗਾ। ਸਟਾਫ ਦੀ ਜ਼ਰੂਰਤ ਪਈ ਤਾਂ ਰੱਖਾਂਗੇ ਵੀ, ਬਿਲਡਿੰਗਾਂ ਵੀ ਜਿਹੜੀਆਂ ਪੁਰਾਣੀਆਂ ਖਤਮ ਹੋ ਗਈਆਂ ਸੀ, ਬੰਦ ਹੋਈਆਂ ਹੋਈਆਂ ਸੀ ਜਾਂ ਕੁਛ ਹੋ ਨਹੀਂ ਸੀ ਰਿਹਾ, ਬਿਲਡਿੰਗਾਂ ਵੀ ਉਹੀ ਵਰਤੀਆਂ ਨੇ, ਕੋਈ ਪੈਸਾ ਬਰਬਾਦ ਨਹੀਂ ਕੀਤਾ, ਕੋਈ ਪੈਸਾ ਨਹੀਂ ਖਰਚਿਆ ਹੈਗਾ, ਕੰਮ ਲਿਆ ਜਿਹੜੀ ਚੀਜ਼ ਜਿੱਦਾਂ ਤੋਂ ਕੰਮ ਲਿਆ ਜਾ ਸਕਦਾ, ਭਾਵੇਂ ਉਹ ਡਾਕਟਰਸ ਨੇ, ਭਾਵੇਂ ਉਹ ਫਾਰਮਾਸਿਸਟ ਨੇ, ਭਾਵੇਂ ਉਹ ਬਿਲਡਿੰਗ ਆ, ਉਹਨਾਂ ਉਦੋਂ ਹੀ ਐਜ ਇਟ ਇਜ਼ ਕੰਮ ਲਿਆ। ਔਰ ਤੁਸੀਂ ਦੇਖੋ ਵੀ ਕੰਮ ਵੀ ਬਿਹਤਰ ਹੋਊਗਾ ਆਉਣ ਵਾਲੇ ਟਾਈਮ ਦੇ ਵਿੱਚ, ਇਹ ਲਾਂਡਰਾ ਦੇ ਲੋਕ ਔਰ ਲਾਂਡਰਾ ਦੇ ਆਲੇ ਦੁਆਲੇ ਜਿਹੜੇ 40-50,000 ਲੋਕ ਨੇ, ਦੱਸਣਗੇ ਬਈ ਵਾਕਈ ਜਿਹੜਾ ਇਹ ਆਮ ਆਦਮੀ ਪਾਰਟੀ ਨੇ ਕੀਤਾ ਹੈ ਮੁਹੱਲਾ ਕਲੀਨਿਕ ਦਾ ਕੰਮ ਆ, ਉਹ ਬਹੁਤ ਇੱਕ ਵਧੀਆ ਉਪਰਾਲਾ ਸੀ।